ਦੇਖੋ, ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਆ, ਇਹਦੇ 'ਤੇ ਸਿੰਘ ਸਾਹਿਬ ਜਿਹੜੇ ਆ ਉਹ ਕੋਈ ਵੀ ਹੁਕਮਨਾਮਾ ਜਾਰੀ ਕਰ ਸਕਦੇ, ਉਹਨੂੰ ਇੰਡੀਵਿਜੁਅਲ ਤੌਰ 'ਤੇ ਰਾਈਟ ਆ। ਅਤੇ ਫਿਰ ਇਹ ਤੋਂ ਗਾਹਾਂ ਪੰਜ ਪ੍ਰਧਾਨੀ ਦੀ ਵਿਧੀ ਆ, ਪੰਜ ਸਿੰਘ ਸਾਹਿਬਾਨ ਇਕੱਤਰ ਹੋ ਕੇ ਗੁਰਮਤਾ ਕਰਕੇ ਉਹ ਭੇਜ ਸਕਦੇ ਆ। ਪਿਛਲੇ ਦਿਨੀ ਤਖਤ ਸ੍ਰੀ ਹਜ਼ੂਰ ਸਾਹਿਬ ਤੋਂ ਇੱਕ ਗੁਰਮਤਾ ਕਰਕੇ ਉਹਨੇ ਇਹ ਜਿਹੜਾ ਮੈਰਿਜ ਦੇ ਵਿੱਚ, ਆਨੰਦ ਮੈਰਿਜ ਦੇ ਵਿੱਚ ਉਹਨੇ ਕੁਛ ਆਪਣੇ ਸੁਝਾਅ ਦਿੱਤੇ ਆ। ਉਹ ਸੁਝਾਅ ਮੈਂ ਸਮਝਦਾ ਨਵੇਂ ਨਹੀਂ ਗੇ, ਪੁਰਾਣੇ ਹੀ ਆ, ਕਿਉਂਕਿ ਧਾਮ ਸ਼ਾਮ ਦਾ ਹੋਣਾ ਜਿਹੜਾ ਸਮਾਂ ਆ, ਕਈ ਵਾਰੀ ਤੁਸੀਂ ਦੇਖਦੇ ਆ ਜਦੋਂ ਆਨੰਦ ਕਾਰਜ ਹੁੰਦੇ ਆ, ਲਿਬਾਸ ਇੱਦਾਂ ਦੇ ਹੁੰਦੇ ਵੀ ਦੋ ਦੋ ਤਿੰਨ ਤਿੰਨ ਜਣੇ ਮੁੰਡੇ ਦੁਆਲੇ ਹੁੰਦੇ, ਦੋ ਦੋ ਤਿੰਨ ਦਿਨ ਬੀਬੀਆਂ ਬੀਬੀ ਦੁਆਲੇ ਹੁੰਦੀਆਂ, ਅਤੇ ਉਹਦੇ ਨਾਲ ਮੈਂ ਸਮਝਦਾ ਫਿਰ ਕੁਛ ਜਿਹੜਾ ਸੁਨੇਹਾ ਉਹ ਠੀਕ ਨਹੀਂ ਜਾਂਦਾ। ਸੋ ਉਹਨਾਂ ਨੇ ਗੁਰਮਤਾ ਕੀਤਾ ਵੀ ਸਿੰਪਲ ਸਲਵਾਰ ਅਤੇ ਕਮੀਜ਼ ਪਾਈ ਜਾਵੇ, ਅਤੇ ਮੈਂ ਸਮਝਦਾ ਸਾਡੀ ਇਹ ਪੁਰਾਣਾ ਮਰਿਆਦਾ ਵੀ ਰਹੀ, ਅਤੇ ਕਮੀਜ਼ ਸਲਵਾਰ ਤਾਂ ਅੱਜ ਦੁਨੀਆ ਭਰ ਦੇ ਲੋਕ ਜਾ ਕੇ ਜਿਹੜੇ ਸਾਡੇ ਪੰਜਾਬ ਨਾਲ ਨਹੀਂ ਵੀ ਸੰਬੰਧਿਤ, ਹੋਰ ਫਿਰਕਿਆਂ ਨਾਲ ਵੀ ਸੰਬੰਧਿਤ ਨਹੀਂ, ਉਹ ਵੀ ਅੱਜ ਇਸ ਗੱਲ ਨੂੰ ਫਕਰ ਮਹਿਸੂਸ ਕਰਦੇ ਆ ਸਲਵਾਰ ਕਮੀਜ਼ ਪਾ ਕੇ। ਸੋ ਉਹਨਾਂ ਨੇ ਹਜ਼ੂਰ ਸਾਹਿਬ ਤੋਂ ਇਹ ਗੁਰਮਤਾ ਜਿਹੜਾ ਸੋਧਿਆ, ਮੈਂ ਫਿਰ ਤੁਹਾਨੂੰ ਕਹਿਣਾ ਚਾਹੁੰਦਾ ਹੁਕਮਨਾਮਾ ਦਾ ਅਤੇ ਗੁਰਮਤੇ ਦਾ ਫਰਕ ਹੋਇਆ, ਉਹ ਉਸ ਤਖਤ ਸਾਹਿਬ ਤੋਂ ਕੀਤਾ, ਅਤੇ ਮੇਰਾ ਖਿਆਲ ਸਮੇਂ ਦੇ ਅਨੁਕੂਲ ਹੀ ਆ। ਦੇਖੋ, ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਆ, ਇਹਦੇ 'ਤੇ ਸਿੰਘ ਸਾਹਿਬ ਜਿਹੜੇ ਆ ਉਹ ਕੋਈ ਵੀ ਹੁਕਮਨਾਮਾ ਜਾਰੀ ਕਰ ਸਕਦੇ, ਉਹਨੂੰ ਇੰਡੀਵਿਜੁਅਲ ਤੌਰ 'ਤੇ ਰਾਈਟ ਆ। ਅਤੇ ਫਿਰ ਇਹ ਤੋਂ ਗਾਹਾਂ ਪੰਜ ਪ੍ਰਧਾਨੀ ਦੀ ਵਿਧੀ ਆ, ਪੰਜ ਸਿੰਘ ਸਾਹਿਬਾਨ ਇਕੱਤਰ ਹੋ ਕੇ ਗੁਰਮਤਾ ਕਰਕੇ ਉਹ ਭੇਜ ਸਕਦੇ ਆ। ਪਿਛਲੇ ਦਿਨੀ ਤਖਤ ਸ੍ਰੀ ਹਜ਼ੂਰ ਸਾਹਿਬ ਤੋਂ ਇੱਕ ਗੁਰਮਤਾ ਕਰਕੇ ਉਹਨੇ ਇਹ ਜਿਹੜਾ ਮੈਰਿਜ ਦੇ ਵਿੱਚ, ਆਨੰਦ ਮੈਰਿਜ ਦੇ ਵਿੱਚ ਉਹਨੇ ਕੁਛ ਆਪਣੇ ਸੁਝਾਅ ਦਿੱਤੇ ਆ। ਉਹ ਸੁਝਾਅ ਮੈਂ ਸਮਝਦਾ ਨਵੇਂ ਨਹੀਂ ਗੇ, ਪੁਰਾਣੇ ਹੀ ਆ, ਕਿਉਂਕਿ ਧਾਮ ਸ਼ਾਮ ਦਾ ਹੋਣਾ ਜਿਹੜਾ ਸਮਾਂ ਆ, ਕਈ ਵਾਰੀ ਤੁਸੀਂ ਦੇਖਦੇ ਆ ਜਦੋਂ ਆਨੰਦ ਕਾਰਜ ਹੁੰਦੇ ਆ, ਲਿਬਾਸ ਇੱਦਾਂ ਦੇ ਹੁੰਦੇ ਵੀ ਦੋ ਦੋ ਤਿੰਨ ਤਿੰਨ ਜਣੇ ਮੁੰਡੇ ਦੁਆਲੇ ਹੁੰਦੇ, ਦੋ ਦੋ ਤਿੰਨ ਦਿਨ ਬੀਬੀਆਂ ਬੀਬੀ ਦੁਆਲੇ ਹੁੰਦੀਆਂ, ਅਤੇ ਉਹਦੇ ਨਾਲ ਮੈਂ ਸਮਝਦਾ ਫਿਰ ਕੁਛ ਜਿਹੜਾ ਸੁਨੇਹਾ ਉਹ ਠੀਕ ਨਹੀਂ ਜਾਂਦਾ। ਸੋ ਉਹਨਾਂ ਨੇ ਗੁਰਮਤਾ ਕੀਤਾ ਵੀ ਸਿੰਪਲ ਸਲਵਾਰ ਅਤੇ ਕਮੀਜ਼ ਪਾਈ ਜਾਵੇ, ਅਤੇ ਮੈਂ ਸਮਝਦਾ ਸਾਡੀ ਇਹ ਪੁਰਾਣਾ ਮਰਿਆਦਾ ਵੀ ਰਹੀ, ਅਤੇ ਕਮੀਜ਼ ਸਲਵਾਰ ਤਾਂ ਅੱਜ ਦੁਨੀਆ ਭਰ ਦੇ ਲੋਕ ਜਾ ਕੇ ਜਿਹੜੇ ਸਾਡੇ ਪੰਜਾਬ ਨਾਲ ਨਹੀਂ ਵੀ ਸੰਬੰਧਿਤ, ਹੋਰ ਫਿਰਕਿਆਂ ਨਾਲ ਵੀ ਸੰਬੰਧਿਤ ਨਹੀਂ, ਉਹ ਵੀ ਅੱਜ ਇਸ ਗੱਲ ਨੂੰ ਫਕਰ ਮਹਿਸੂਸ ਕਰਦੇ ਆ ਸਲਵਾਰ ਕਮੀਜ਼ ਪਾ ਕੇ। ਸੋ ਉਹਨਾਂ ਨੇ ਹਜ਼ੂਰ ਸਾਹਿਬ ਤੋਂ ਇਹ ਗੁਰਮਤਾ ਜਿਹੜਾ ਸੋਧਿਆ, ਮੈਂ ਫਿਰ ਤੁਹਾਨੂੰ ਕਹਿਣਾ ਚਾਹੁੰਦਾ ਹੁਕਮਨਾਮਾ ਦਾ ਅਤੇ ਗੁਰਮਤੇ ਦਾ ਫਰਕ ਹੋਇਆ, ਉਹ ਉਸ ਤਖਤ ਸਾਹਿਬ ਤੋਂ ਕੀਤਾ, ਅਤੇ ਮੇਰਾ ਖਿਆਲ ਸਮੇਂ ਦੇ ਅਨੁਕੂਲ ਹੀ ਆ। ਦੇਖੋ, ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਆ, ਇਹਦੇ 'ਤੇ ਸਿੰਘ ਸਾਹਿਬ ਜਿਹੜੇ ਆ ਉਹ ਕੋਈ ਵੀ ਹੁਕਮਨਾਮਾ ਜਾਰੀ ਕਰ ਸਕਦੇ, ਉਹਨੂੰ ਇੰਡੀਵਿਜੁਅਲ ਤੌਰ 'ਤੇ ਰਾਈਟ ਆ। ਅਤੇ ਫਿਰ ਇਹ ਤੋਂ ਗਾਹਾਂ ਪੰਜ ਪ੍ਰਧਾਨੀ ਦੀ ਵਿਧੀ ਆ, ਪੰਜ ਸਿੰਘ ਸਾਹਿਬਾਨ ਇਕੱਤਰ ਹੋ ਕੇ ਗੁਰਮਤਾ ਕਰਕੇ ਉਹ ਭੇਜ ਸਕਦੇ ਆ। ਪਿਛਲੇ ਦਿਨੀ ਤਖਤ ਸ੍ਰੀ ਹਜ਼ੂਰ ਸਾਹਿਬ ਤੋਂ ਇੱਕ ਗੁਰਮਤਾ ਕਰਕੇ ਉਹਨੇ ਇਹ ਜਿਹੜਾ ਮੈਰਿਜ ਦੇ ਵਿੱਚ, ਆਨੰਦ ਮੈਰਿਜ ਦੇ ਵਿੱਚ ਉਹਨੇ ਕੁਛ ਆਪਣੇ ਸੁਝਾਅ ਦਿੱਤੇ ਆ। ਉਹ ਸੁਝਾਅ ਮੈਂ ਸਮਝਦਾ ਨਵੇਂ ਨਹੀਂ ਗੇ, ਪੁਰਾਣੇ ਹੀ ਆ, ਕਿਉਂਕਿ ਧਾਮ ਸ਼ਾਮ ਦਾ ਹੋਣਾ ਜਿਹੜਾ ਸਮਾਂ ਆ, ਕਈ ਵਾਰੀ ਤੁਸੀਂ ਦੇਖਦੇ ਆ ਜਦੋਂ ਆਨੰਦ ਕਾਰਜ ਹੁੰਦੇ ਆ, ਲਿਬਾਸ ਇੱਦਾਂ ਦੇ ਹੁੰਦੇ ਵੀ ਦੋ ਦੋ ਤਿੰਨ ਤਿੰਨ ਜਣੇ ਮੁੰਡੇ ਦੁਆਲੇ ਹੁੰਦੇ, ਦੋ ਦੋ ਤਿੰਨ ਦਿਨ ਬੀਬੀਆਂ ਬੀਬੀ ਦੁਆਲੇ ਹੁੰਦੀਆਂ, ਅਤੇ ਉਹਦੇ ਨਾਲ ਮੈਂ ਸਮਝਦਾ ਫਿਰ ਕੁਛ ਜਿਹੜਾ ਸੁਨੇਹਾ ਉਹ ਠੀਕ ਨਹੀਂ ਜਾਂਦਾ। ਸੋ ਉਹਨਾਂ ਨੇ ਗੁਰਮਤਾ ਕੀਤਾ ਵੀ ਸਿੰਪਲ ਸਲਵਾਰ ਅਤੇ ਕਮੀਜ਼ ਪਾਈ ਜਾਵੇ, ਅਤੇ ਮੈਂ ਸਮਝਦਾ ਸਾਡੀ ਇਹ ਪੁਰਾਣਾ ਮਰਿਆਦਾ ਵੀ ਰਹੀ, ਅਤੇ ਕਮੀਜ਼ ਸਲਵਾਰ ਤਾਂ ਅੱਜ ਦੁਨੀਆ ਭਰ ਦੇ ਲੋਕ ਜਾ ਕੇ ਜਿਹੜੇ ਸਾਡੇ ਪੰਜਾਬ ਨਾਲ ਨਹੀਂ ਵੀ ਸੰਬੰਧਿਤ, ਹੋਰ ਫਿਰਕਿਆਂ ਨਾਲ ਵੀ ਸੰਬੰਧਿਤ ਨਹੀਂ,
ਉਹ ਵੀ ਅੱਜ ਇਸ ਗੱਲ ਨੂੰ ਫਕਰ ਮਹਿਸੂਸ ਕਰਦੇ ਆ ਸਲਵਾਰ ਕਮੀਜ਼ ਪਾ ਕੇ। ਸੋ ਉਹਨਾਂ ਨੇ ਹਜ਼ੂਰ ਸਾਹਿਬ ਤੋਂ ਇਹ ਜੇ ਗੁਰਮਤ ਆ ਜਿਹੜਾ ਸੋਧਿਆ। ਮੈਂ ਫਿਰ ਤੁਹਾਨੂੰ ਕਹਿਣਾ ਚਾਹੁੰਦਾ ਹੁਕਮਨਾਮਾ ਦਾ ਅਤੇ ਗੁਰਮਤੇ ਦਾ ਫਰਕ ਹੋਇਆ, ਉਹ ਉਸ ਤਖ਼ਤ ਸਾਹਿਬ ਤੋਂ ਕੀਤਾ ਅਤੇ ਮੇਰਾ ਖਿਆਲ ਸਮੇਂ ਦੇ ਅਨੁਕੂਲ ਹੀ ਆ।